प्यारे बच्चों ਅਸੀਂ ਬਹੁਤ ਸਾਰੀਆਂ ਗਲਤੀਆਂ ਕਰਦੇ ਹਾਂ ਪਰ ਸਾਡੇ ਮਾਪੇ ਸਾਨੂੰ ਇਹਨਾਂ ਸਾਰੀਆਂ ਗਲਤੀਆਂ ਕਰਨ ਤੇ ਵੀ ਮਾਫ਼ ਕਰ ਦਿੰਦੇ ਐ ਜਿਸ ਲਈ ਸਾਨੂੰ ਉਹਨਾਂ ਦਾ ਧੰਨਵਾਦੀ ਹੋਣਾ ਚਾਹੀਦਾ ਐ ਪਿਆਰੇ ਬੱਚੋ ਲੋ ਫਿਰ ਅੱਜ ਮੈਂ ਤੁਹਾਨੂੰ ਬਿੱਟੂ ਦੀ ਹੱਡ ਬਿਤੀ ਸੁਣਾਉਂਦੀ ਹਾਂ ਬਿੱਟੂ ਪੜ ਸਕੂਲੋਂ ਆਇਆ ਆ ਕੇ ਕਰ ਗੰਦ ਮਚਾਇਆ ਬੂਟ ਜੁਰਾਬਾਂ ਵਰਦੀ ਨੂੰ ਸਾਰੇ ਘਰ ਚ ਫੈਲਾਇਆ ਦੇਖੋ ਬੱਚੋ ਇਸ ਸੋਫੇ ਤੇ ਬੈਠਾ ਹੋਇਆ ਬੱਚਾ ਬਿੱਟੂ ਹੈ ਬਿੱਟੂ ਜਦੋਂ ਸਕੂਲ ਤੋਂ ਪੜ੍ਹ ਕੇ ਆਇਆ ਤਾਂ ਘਰ ਦੇ ਅੰਦਰ ਵੜਦਿਆ ਸਾਰੀ ਉਸਨੇ ਆਪਣਾ ਬਸਤਾ ਇੱਕ ਪਾਸੇ ਸੁਟਿਆ ਬੂਟ ਰਸਤੇ 'ਚ ਹੀ ਲਾ ਕੇ ਰੱਖ ਦਿੱਤੇ ਇੱਕ ਜੁਰਾਬ ਕਿਤੇ ਤੇ ਦੂਜੀ ਕਿਤੇ ਵਗਾ ਕੇ ਮਾਰੀ ਵਰਦੀ ਉਤਾਰ ਕੇ ਜਮੀਨ ਤੇ ਸੁੱਟ ਦਿੱਤੀ ਸਾਰੇ ਕਮਰੇ ਚ ਸਮਾਨ ਖਲੇਰ ਕੇ ਰੱਖ ਦਿੱਤਾ ਮੰਮੀ ਜਦੋਂ ਕਮਰੇ ਚ ਆਏ ਤਾਂ ਉਹਨਾਂ ਨੇ ਦੇਖਿਆ ਕਿ ਬਿੱਟੂ ਨੇ ਆਪਣਾ ਸਾਰਾ ਸਮਾਨ ਕਮਰੇ ਚ ਖਲੇ ਦਿੱਤਾ ਮੰਮੀ ਕਹਿੰਦੇ ਪਿਆਰੇ ਪੁੱਤਰ ਕੋਲ ਆ ਕੇ ਦੇਵੋ ਉੱਤਰ ਸਕੂਲ ਵਿੱਚ ਨਾ ਖਾਣਾ ਖਾਂਦੇ ਤਾਈਆਂ ਤਾਂ ਡਾਕਟਰ ਦੇ ਜਾਂਦੇ ਆਪਣੀ ਹਰ ਇੱਕ ਚੀਜ਼ ਨੂੰ ਚੁੱਕੋ ਚੁੱਕ ਕੇ ਆਪਣੀ ਥਾਂ ਤੇ ਰੱਖੋ ਦੇਖਣਸਾਰ ਹੀ ਬਿੱਟੂ ਬੋਲਿਆ ਮੰਮੀ ਬਹੁਤ ਭੁੱਖ ਲੱਗੀ ਐ ਮੰਮੀ ਨੇ ਕਿਹਾ ਬੇਟਾ ਜੀ ਤੁਸੀਂ ਸਕੂਲ ਚ ਖਾਣਾ ਨਹੀਂ ਖਾਦਾ ਹੋਣਾ ਬੇਟੇ ਜਦੋਂ ਅਸੀਂ ਭੁੱਖੇ ਪੇਟ ਰਹਿੰਦੇ ਹਾਂ ਤਾਂ ਬਿਮਾਰ ਹੋ ਜਾਂਦੇ ਹਾਂ ਤਾਂ ਹੀ ਸਾਨੂੰ ਡਾਕਟਰ ਕੋਲ ਜਾਣਾ ਪੈਂਦਾ ਬਿੱਟੂ ਬੋਲਿਆ ਮੰਮੀ ਮੈਨੂੰ ਮਾਫ ਕਰ ਦਿਓ ਅੱਗੇ ਤੋਂ ਮੈਂ ਰੋਜ਼ ਸਮੇਂ ਸੇ ਖਾਣਾ ਖਾਵਾਂਗਾ ਮੰਮੀ ਨੇ ਬਿੱਟੂ ਨੂੰ ਆਪਣੇ ਕੋਲ ਬੁਲਾਇਆ ਤੇ ਸਮਝਾਇਆ ਕਿ ਆਪਣਾ ਸਾਰਾ ਸਮਾਨ ਟੀਕਾਣੇ ਤੇ ਰੱਖੋ ਬਿੱਟੂ ਬੋਲਿਆ ਮੰਮੀ ਮੈਨੂੰ ਮਾਫ ਕਰ ਦਿਓ ਮੈਂ ਹੁਣ ਸਾਰਾ ਸਮਾਨ ਟੀਕਾਣੇ ਤੇ ਰੱਖ ਦਿੰਦਾ ਹਾਂ ਬਿੱਟੂ ਦੂਜੇ ਕਮਰੇ ਵੜਿਆ ਗੰਦੇ ਪੈਰੀ ਮੰਜੇ ਚੜਿਆ ਬਿੱਟੂ ਨੇ ਫਿਰ ਕੁਦ-ਕੁਦ ਸਾਰੀ ਚਾਦਰ ਪੈਰਾ ਨਾਲ ਖਿਲਾੜੀ ਪਾਪਾ ਕਹਿੰਦੇ ਸੁਣੋ ਬੇਟਾ ਪੱਜ ਦੌਰ ਤੂੰ ਇੱਕ ਇੱਕ ਕੀਤਾ ਫੇਰ ਬਿੱਟੂ ਦੂਜੇ ਕਮਰੇ ਚ ਗਿਆ ਤੇ ਗੰਦੇ ਪੈਰੀ ਮੰਜੇ ਤੇ ਚੜ ਗਿਆ ਤੇ ਕੁੱਦਣ ਲੱਗ ਪਿਆ ਜਦੋਂ ਪਾਪਾ ਨੇ ਦੇਖਿਆ ਪਾਪਾ ਨੇ ਉਸ ਨੂੰ ਸਮਝਾਇਆ ਬੇਟਾ ਤੁਹਾਨੂੰ ਗੰਦੇ ਪੈਰ ਲੈ ਕੇ ਚਾਦਰ ਤੇ ਨਹੀਂ ਚੜਨਾ ਚਾਹੀਦਾ ਪਾਪਾ ਜੀ ਮੈਨੂੰ ਮਾਫ ਕਰ ਦਿਓ ਅੱਗੇ ਤੋਂ ਮੈਂ ਇਹ ਗਲਤੀ ਨਹੀਂ ਕਰਾਂਗਾ ਦਾਦੀ ਜੀ ਦੀ ਮਾਲਾ ਪਿਆਰੀ ਮਣਕਾ ਮਣਕਾ ਕਰਦੀ ਸਾਰੀ ਕਹਿੰਦੇ ਦਾਦੀ ਪਿਆਰੇ ਬੇਟਾ ਮਣਕੇ ਚੁੱਕ ਕੇ ਸੁਟੇ ਠਾ ਮਣਕੇ ਸੌਖੇ ਹੁੰਦੇ ਖੰਡਾਉਣੇ ਫੇਰ ਬਿੱਟੂ ਆਪਣੇ ਦਾਦੀ ਮਾਦੀ ਮਾਲਾ ਲੈ ਕੇ ਦੇਖਣ ਲਗਾ ਤਾਂ ਮਾਲਾ ਇੱਕਦਮ ਉਹਦੇ ਹੱਥੋਂ ਛੁੱਟ ਗਈ ਤੇ ਡਿਗਦੇ ਸਾਰੀ ਉਹ ਟੁੱਟ ਗਈ ਤਾਂ ਉਹਨਾਂ ਨੇ ਸਮਝਾਇਆ ਕਿ ਬੇਟਾ ਮਣਕੇ ਖਿਲਾਰਨੇ ਸੌਖੇ ਹੁੰਦੇ ਆ ਪਰ ਸਮੇਟਨੇ ਔਖੇ ਹੋ ਜਾਂਦੇ ਆ ਦਾਦੀ ਜੀ ਮੈਨੂੰ ਮਾਫ ਕਰ ਦਿਓ ਮੈਂ ਤੁਹਾਡੀ ਮਾਲਾ ਦੇ ਮੜ ਕੇ ਹੁਣ ਇਹ ਸਮੇਟ ਦਿੰਦਾ ਹਾਂ ਮੈਨੂੰ ਪੂਰੀ ਉਮੀਦ ਹੈ ਕਿ ਅੱਜ ਤੋਂ ਬਾਅਦ ਤੁਸੀਂ ਗਲਤੀ ਹੋ ਜਾਣ ਤੇ ਮਾਫੀ ਜ਼ਰੂਰ ਮੰਗੋਗੇ ਤੇ ਉਸ ਨੂੰ ਸੁਧਾਰ ਵੀ ਲੋਗੇ